सत श्री अकाल जी सारिया नू, आप सब जी का स्वागत है। प्यारे दोस्तों हाजिर होए हाँ अज की वड्डी अपडेट दे नाल। सो दोस्तों जिमें कि आप सब नू पता है कि पंजाब सरकार ने पंजाब दे विच पुरानी पेनशन बहाल कर दिती है। दोस्तों हुण सब दे मना दे विच ये सवाल आ रहा है कि जो पुरानी पेनशन स्कीम है उस दे विच कोई पंजाब सरकार बदलाव कर सकती है, जिमें 2004 तो पहला दे मुलाजमान नू पुरानी पेनशन मिलेगी कि इस तरह हुण 2004 तो बाद भर्ती होए मुलाजमान पुरानी पेनशन नहीं मिलेगी। दोस्तों इस संबंधी पंजाब सरकार वालों स्पष्टीकरण दिता गया है। दोस्तों नोटिफिकेशन के बारे में भी वड्डी जानकारी निकली है, सामने आई है। दोस्तों इस बारे में सारी जानकारी तुहानू असी इस वीडियो के राही देन जा रहे हाँ। एक एक गल तुहानू इस वीडियो के राही असी क्लीयर करांगे। सो दोस्तों इस वीडियो में वध तो वध सब दे नाल शेयर करना, चैनल में सबसक्राइब करना ना भुलना जी। सो आओ प्यारे दोस्तों हुण असी अपनी अज की इस वीडियो में शुरू कर ਦੇ ਹਾਂ। ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ, ਜਿਸ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲੱਗੇ ਸਰਕਾਰ ਵੱਲੋਂ DA ਦੀ ਗ੍ਰੈਚੁਟੀ ਦੀ ਕਟੌਤੀ ਕਰ ਦਿੱਤੀ ਜਾਵੇਗੀ। ਇਸ ਸੰਬੰਧੀ ਜੋ ਡਾਊਟ ਹਨ, ਸ਼ੰਕਾਵਾਂ ਹਨ, ਉਹਨਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਹੈ। ਦੋਸਤੋ ਆਪ ਜੀ ਨੂੰ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਹੁਣ ਦਿੰਦੇ ਹਾਂ। ਦੋਸਤੋ ਇਸ ਸੰਬੰਧੀ ਕਿਹਾ ਗਿਆ ਕਿ ਪੁਰਾਣੀ ਪੈਨਸ਼ਨ ਸਕੀਮ ਹੂਬਹੂ 1/1/2004 ਤੋਂ ਪਹਿਲਾਂ ਵਾਲੀ ਹੀ ਹੋਵੇਗੀ। ਇਸ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾਵੇਗਾ। ਸੋ ਮੇਰੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਖੌਤੀ ਮੁਲਾਜ਼ਮ ਆਗੂਆਂ ਵੱਲੋਂ ਫੈਲਾਈਆਂ ਜਾ ਰਹੀਆਂ ਸਾਰੀਆਂ ਅਫਵਾਹਾਂ ਤੋਂ ਸੁਚੇਤ ਰਹੋ। ਦੋਸਤੋ ਇਹ ਜਾਣਕਾਰੀ ਜੋ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਵੱਲੋਂ ਕਹੀ ਗਈ ਹੈ। ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ। ਮੰਤਰੀਆਂ ਵੱਲੋਂ ਕਿਹਾ ਗਿਆ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਨੋਟੀਫਿਕੇਸ਼ਨ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ, ਜਿਸ ਕਾਰਨ 29/10/2022 ਨੂੰ ਸ਼ਿਮਲਾ ਪੋਲ ਖੋਲ ਰੈਲੀ ਨੂੰ ਹਾਲ ਦੀ ਘੜੀ ਮੁਲਤਵੀ ਕੀਤਾ ਜਾਂਦਾ ਹੈ। ਸੂਬਾ ਪ੍ਰਧਾਨ ਵੱਲੋਂ ਮੰਤਰੀ ਨੂੰ ਇਹ ਸਪਸ਼ਟ ਕੀਤਾ ਗਿਆ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਨੋਟੀਫਿਕੇਸ਼ਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਅਣਤਾਈ ਪਾਈ ਗਈ ਤਾਂ CPFEU ਪੰਜਾਬ ਵੱਲੋਂ ਗੁਜਰਾਤ ਵਿਖੇ ਆਮ ਆਦਮੀ ਪਾਰਟੀ ਦੇ ਖਿਲਾਫ਼ ਪੋਲ ਖੋਲ ਰੈਲੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਦੋਸਤੋ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜੋ ਹੈ ਇਸ ਹਫ਼ਤੇ ਦੇ ਅੰਦਰ ਆ ਜਾਵੇਗਾ। ਦੋਸਤੋ ਮੈਨੂੰ ਉਮੀਦ ਹੈ ਕਿ ਆਪ ਨੂੰ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਏਗੀ। ਦੋਸਤੋ ਹੋਰ ਅਪਡੇਟਸ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ।